ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀ ਹੋਈਆਂ ਨਵੀਆਂ ਭਰਤੀਆਂ ਦੇ ਬਾਰੇ ਵਿੱਚ, ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ ਹੈ। ਉਸ ਤੋਂ ਪਹਿਲਾਂ ਅਗਰ ਸਾਡੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਜ਼ਰੂਰ ਦਬਾਉਣਾ ਕਿਸੇ ਵੀ ਗੌਰਮੈਂਟ ਜੋਬ ਦੇ ਨਵੇਂ ਨੋਟੀਫਿਕੇਸ਼ਨ ਦੇ ਲਈ। ਔਰ ਸਾਡੀ ਵੈਬਸਾਈਟ ਜੋ ਕਿ www.glory.com ਹੈ, ਉਸਦੇ ਉੱਪਰ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਡੇਲੀ ਬੇਸਿਸ 'ਤੇ ਆਉਣ ਵਾਲੀਆਂ ਜਿੰਨੀਆਂ ਵੀ ਰਿਕਰੂਟਮੈਂਟ ਆਊਟ ਹੁੰਦੀਆਂ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੇ ਹਾਂ ਵਿਦ ਓਫੀਸ਼ੀਅਲ ਨੋਟੀਫਿਕੇਸ਼ਨ ਔਰ ਲਿੰਕ ਦੇ ਥਰੂ। ਤੁਸੀਂ ਉੱਥੇ ਚੈੱਕ ਕਰਕੇ ਇੱਕ ਵਾਰੀ ਔਰ ਸਟੈਪ ਬਾਏ ਸਟੈਪ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ। ਔਰ ਅਗਰ ਤੁਸੀਂ ਕਿਸੇ ਵੀ ਗੌਰਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉੱਥੋਂ ਤੁਸੀਂ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ। ਪੰਜਾਬ ਦੇ ਵਿੱਚ ਨਿਊ ਬਹੁਤ ਵਧੀਆ ਸਰਕਾਰੀ ਨੌਕਰੀਆਂ ਆਈਆਂ ਨੇ, ਬਹੁਤ ਵਧੀਆ ਮੌਕਾ ਹੈ। ਇਸ ਦੇ ਵਿੱਚ ਤੁਹਾਨੂੰ ਪਰ ਡੇ ਦੀ ਸੈਲਰੀ ਮਿਲੇਗੀ। ਸਭ ਡਿਟੇਲ 'ਚ ਦੱਸਾਂਗਾ ਕਿੱਦਾਂ ਅਪਲਾਈ ਕਰਨਾ, ਸਭ ਡਿਟੇਲ 'ਚ ਦੱਸਾਂਗਾ। ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਹੈ। ਅਤੇ ਪੰਜਾਬ ਮੰਡੀ ਬੋਰਡ ਦੀ ਵੀ ਭਰਤੀ ਜਿਹੜੀ ਹੈ ਆਈ ਹੈ, ਉਸ ਦੀ ਵੀਡੀਓ ਨੂੰ ਵੀ ਜ਼ਰੂਰ ਚੈੱਕ ਕਰ ਲਓ, ਉਹ ਵੀਡੀਓ ਤੁਹਾਨੂੰ ਚੈਨਲ ਦੇ ਸੈਕਿੰਡ ਨੰਬਰ 'ਤੇ ਮਿਲ ਜਾਏਗੀ। ਚਲੋ ਹੁਣ ਗੱਲ ਕਰਦੇ ਹਾਂ ਜੋ ਭਰਤੀ ਆਊਟ ਹੋਈ ਹੈ ਨਿਊ, ਠੀਕ ਹੈ ਜੀ। ਇਹ ਜਿਹੜੀ ਭਰਤੀ ਆਊਟ ਹੋਈ ਹੈ ਜੀ, ਇਹ ਹੋਈ ਹੈ ਪੈਰਾਮੈਡੀਕਲ ਸਟਾਫ ਦੇ ਲਈ, ਠੀਕ ਹੈ ਜੀ। ਅਲੱਗ ਅਲੱਗ ਸਟਾਫ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਹੈ। ਉਹਦੇ ਵਿੱਚ ਇਹਨਾਂ ਨੂੰ ਅਲੱਗ ਅਲੱਗ ਸਰਕਾਰੀ ਹਸਪਤਾਲਾਂ ਵਿੱਚ ਅਪੁਆਇੰਟ ਕੀਤਾ ਜਾਏਗਾ, ਔਰ ਇਸ ਦੇ ਵਿੱਚ ਤੁਹਾਨੂੰ ਪਰ ਡੇ ਪੇ ਆਊਟ ਹੋਏਗਾ। ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਜਿਹੜੀ ਤੁਹਾਡੀ ਜੋਬ ਪ੍ਰੋਫਾਈਲ ਦੀ, ਸਭ ਤੋਂ ਪਹਿਲੀ ਹੈਗੀ ਜੀ ਸਟਾਫ ਨਰਸ ਦੀ, ਜਿਹਦੇ ਲਈ ਤੁਹਾਡੀ 1000 ਪ੍ਰਤੀ ਦਿਨ ਤੁਹਾਡੀ ਜਿਹੜੀ ਹੈ ਸੈਲਰੀ ਹੋਏਗੀ। ਨੈਕਸਟ ਹੈਗੀ ਹੈ ਫਾਰਮਾਸਿਸਟ, ਰੇਡੀਓਗ੍ਰਾਫਰ, ਲੈਬੋਰਟਰੀ ਟੈਕਨੀਸ਼ੀਅਨ ਅਤੇ ANM ਦੀ। ਇਹਨਾਂ ਦੀ ਜਿਹੜੀ ਸੈਲਰੀ ਹੈ 1000 ਪਰ ਡੇ ਹੈ, ਔਰ ਵਾਰਡ ਅਟੈਂਡੈਂਟ ਦੀ ਜਿਹੜੀ ਹੈਗੀ ਹੈ 750 ਪਰ ਡੇ ਰਹੇਗੀ। ਇਹਦੇ ਲਈ ਉਹਨਾਂ ਨੇ ਦੱਸਿਆ ਹੋਇਆ ਤੁਸੀਂ ਕਿੱਦਾਂ ਅਪਲਾਈ ਕਰਨਾ। ਇਹਦੇ ਲਈ ਜਿਹੜੀ ਉਹਨਾਂ ਨੂੰ ਤੁਹਾਡੀ ਪੈਰਾਮੈਡੀਕਲ ਹਸਪਤਾਲਾਂ ਵਿੱਚ ਸਟਾਫ ਦੀ ਜਿਹੜੀ ਹੈ ਬਤੌਰ ਸਵੈ ਸੇਵੀ ਜਿਹੜੀ ਹੈ ਜੁਆਇਨ ਕਰਾਉਣਾ ਪਏਗਾ ਤੁਹਾਨੂੰ, ਕਰਾਉਣਗੇ ਉਹ। ਔਰ ਇਸਦੇ ਲਈ ਤੁਸੀਂ ਇਹਨਾਂ ਦੇ ਔਨਲਾਈਨ ਵੈਬ ਪੋਰਟਲ ਜਿਹੜਾ ਇਹਨਾਂ ਨੇ ਦਿੱਤਾ ਹੋਇਆ, doctors.shpunjab.in, ਇਸ 'ਤੇ ਜਾ ਕੇ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ, ਠੀਕ ਹੈ ਜੀ। ਔਰ ਇਸ ਦੇ ਉੱਪਰ ਜਿੱਦਾਂ ਹੀ ਤੁਸੀਂ ਐਪਲੀਕੇਸ਼ਨ ਦਿਓਗੇ, ਤੁਹਾਨੂੰ ਅਪੁਆਇੰਟਮੈਂਟ ਲੈਟਰ ਉਹਨਾਂ ਵੱਲੋਂ ਦੇ ਦਿੱਤਾ ਜਾਏਗਾ, ਔਰ ਤੁਹਾਨੂੰ ਇਹ ਬਕਾਇਦਾ ਕਾਲ ਵੀ ਆਏਗੀ, ਠੀਕ ਹੈ ਜੀ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਨਾ, ਜਿਹੜੇ ਕਿ ਰਿਕੁਆਇਰਡ ਕੁਆਲੀਫਿਕੇਸ਼ਨ ਰੱਖਦੇ ਨੇ, ਜਿਹਨਾਂ ਕੋਲ ਐਕਸਪੀਰੀਅੰਸ ਹੈਗਾ ਹੈ, ਸੋ ਉਹ ਵੀ ਲਾਹਾ ਲੈ ਸਕਣ। ਔਰ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ, ਮੈਂ ਜਿਹੜੀ ਵੀ ਨਿਊਜ਼ ਵੱਧ ਤੋਂ ਵੱਧ ਸਾਡੇ ਤੱਕ ਪਹੁੰਚੇਗੀ ਤੁਹਾਡੇ ਜ਼ਰੂਰ ਪਹੁੰਚਾਵਾਂਗਾ ਜੀ। ਔਰ ਜਦੋਂ ਵੀ ਕਰਫਿਊ ਹਟਦਾ ਹੈ, ਉਸ ਤੋਂ ਬਾਅਦ ਜਿਹੜੀ ਸਰਕਾਰੀ ਨੌਕਰੀ ਆਊਟ ਹੋਣਗੀਆਂ, ਅਸੀਂ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਦੱਸਦੇ ਰਹਾਂਗੇ, ਸੋ ਤੁਸੀਂ ਟਾਈਮ 'ਤੇ ਅਪਲਾਈ ਕਰ ਸਕੋਗੇ। ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਦੇ ਲਈ ਧੰਨਵਾਦ ਐਂਡ ਸਟੇ ਸੇਫ।